अज असा मौजूद हाँ जी तहसील डडियाल ने बहुत ही खूबसूरत गाँव चो गाँव है जी पगल चक इस कब्रस्तान पर कुछ टाइम बाद अफसोसनाक वाक्य भी पेश आया कि किसा बंदे इतना जरा ना पड़िया जी लगे सन नए वाली वह भी त्रोड़ी होनी सन कई भी पुरानी पड़ी भी नाल नवी पड़ी भी नाल नाम पगल चक है कोई पता हो इसका नाम किसा पे है बंदे सवाल किया बड़ा अजीब जहा कई मजाक करने जी पागल मजाक मजाक अगर पिछा हो रट्टा है जो ना ना पर कोई अजीब था पागल कौन किसा बया ਤੁਹਾਨੂੰ ਕਿ ਨਜ਼ਰ ਆਈ ਆ ਉਸੀ ਜੀ ਇੱਕ ਬਿਲਕੁਲ ਹੀ ਡੈਮੇਜ ਮਕਾਨ ਇਹ ਬਿਲਕੁਲ ਪਟਿਆ ਹੋਇਆ ਨੇ ਮਕਾਨ ਜ਼ਹਿਰ ਜਿਸ ਲੋਕਾਂ ਮੰਗਲਾ ਡੈਮ ਦੇ ਅੰਦਰ ਮਕਾਨ ਆਏ ਲੋਕਾਂ ਆਪਣਾ ਜਿਹੜਾ ਇੱਥੋਂ ਆਇਆ ਸੀ ਸਮਾਨ ਸਮਾਨ ਇੱਟਾਂ ਸ਼ਿੱਟਾਂ ਜਿਹੜੀਆਂ ਆਏ ਸਨ ਉਹ ਪੱਟੀ ਤਾਂ ਉੱਥੇ ਕਿੰਨੀ ਜੀ ਮਾਰੇ ਦੋਸਤੋ ਅਸਲਾਮ ਵਾਲੇਕੁਮ ਮਿਲ ਕਰਨਾ ਸਾਡੀ ਠਾਕ ਸੋ ਖੁਸ਼ ਬਾਸ਼ ਸੋ ਤਾਲਾ ਨੇ ਹਿਫਜ਼ ਇਮਾਨ ਚ ਸੋ ਮੈਂ ਰਾਸ਼ਦ ਸ਼ਬੀਰ ਸੋ ਤਕੀਰ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਦੋਸਤੋ ਅੱਜ ਫਿਰ ਮੈਂ ਸਾਡੀ ਖਿਦਮਤ ਵਿੱਚ ਹਾਜ਼ਰ ਹਾਂ ਜੀ ਇੱਕ ਨਈ ਵੀਡੀਓ ਕਰਨ ਦਾ ਅੱਜ ਅਸਾਂ ਮੌਜੂਦ ਹਾਂ ਜੀ ਤਹਿਸੀਲ ਡਡਿਆਲ ਨੇ ਬਹੁਤ ਹੀ ਖੂਬਸੂਰਤ ਗਾਉਂ ਚੋ ਗਾਉਂ ਹੈ ਜੀ ਪਗਲ ਚੱਕ ਤਾਂ ਇਸ ਵੇਲੇ ਅਸਾਂ ਜਿਹੜੇ ਮੌਜੂਦ ਹਾਂ ਜੀ ਉਹ ਪਗਲ ਚੱਕ ਚੌਂਕ ਹੀ ਮੌਜੂਦ ਹਾਂ ਤਾਂ ਇੱਥੋਂ ਰੋਡ ਇੱਕ ਜਾਣੀ ਹੈ ਜੀ ਰੈਪਰ ਵਾਲੀ ਸਾਈਡ ਦਾ ਇੱਕ ਜਾਣੀ ਹੈ ਜੀ ਪਗਲ ਚੱਕ ਵਾਲੀ ਸਾਈਡ ਤਾਂ ਬੇਸਿਕਲੀ ਅੱਜ ਅਸੀਂ ਗਰਾਸ ਚੱਕ ਅਸਾਂ ਉਹ ਪਗਲ ਚੱਕ ਸੀ ਤਾਂ ਸਾਡੇ ਨਾਲ ਅੱਜ ਜੁੜੇ ਰਹੇ ਅੱਜ ਦੀ ਵੀਡੀਓ ਅਸਾਂ ਕੀ ਲੱਗਦੀ ਹੈ ਜੀ ਬੜੀ ਹੀ ਸੋਹਣੀ ਤਾਂ ਆਈ ਜਾਓ ਜੀ ਅੱਜ ਚੱਕ ਕਰਾਉਣੇ ਅਸਾਂ ਕੀ ਪਗਲ ਚੱਕ जी मारे दोस्तों सा पगल चकना लाका चक करी रहे यकीन सा एंजॉय करी रहे सो ए जा सा पगल चकना लाका चक किया जी ए जा वाकया सी ना ए रैपर रोड पर वाकया सी रैपर वाली साइड सा जाने जाओ तो उस साइड पर जा पगल चक सी उस तकिया यकीन एंजॉय किया उस या इस साइड सा तकिया ज्यादा जड़ी ओ कोठियां ही सन बड़े बड़े सही महल नजर आए सन जब मेन पगल चक है ना जी गांव उठा सही जोलना तो उठा सुनता कि पुराने घर ही है और जड़ा ओ इलाका है ना ओ मंगला डैम ने अंदर भी आया सी आई जाओ सी पगल चक जोलना जी मारे दोस्तों असं इस वे पगल चक ने एरिए मौजूद हाँ तो जैसा कि सारी कोशिश होनी है कि अगर असंकी मुकामी बंदा लगी जाए कोई चाचा लगी जाए कोई पापा असें लगी जाए उसको असं उसने बारे च स्पीच आना तो इस वे सारे नाल चाचा मौजूद है अस्सलाम वालेकुम क्या हाल है चाचा ठीक है शुक्र बड़ी अल्लाह क्या नाम है सुन मीर जमान मीर जमान इस वे असं मौजूद हाँ जी पगल चक ने एरिए तो यह पगल चक कितना बड़ा ग्रां है सत्तर घर है मकामी पानी नहीं पहुंचा कोई 44 या कोई 46 तरीके कितने कोई घर आए सन उसने अंदर मंगला डैम ने अंदर पंजी तरीक बाकी 35 बची गए तो बाकी जो इतना बंदे उजरे वो उठा गए ये था पर खानाबाद करिया खानाबाद साइन बन साइन बन चाचा जैसा नाम पगल चक है कोई पता है इसका नाम किसा पे है ए वाकई में हुआ क्या एक बंदे सवाल किया जी मैं यार नाम बड़ा अजीब जा कई मजाक करने जी पागल लगा या और नहीं मजाक किया असा ये बुझी थे कोई पता नहीं कह रही मैं तो कौन अगर पिछा हो रट्टा है जो ना ना पर कोई रहता है इतने ये सारा कोई अजीब था पागल कौन किसा बया अच्छा इस पागल चक बंदे रही रहे ज्यादा कोई मुकामी रही है कोई बाहर ने रहे हूं बाहर बाहर ने हूं मुकामी सिर्फ चार कारा चार कारा माड़ा एक है बाहर कोठी वाला ठीक है एक ठेकेदार थी
ਸਹੀ ਹੋ ਗਿਆ ਤਾਂ ਬਾਕੀ ਕੋਈ ਚਾਚਾ ਇੱਥੇ ਬਹੁਤ ਪੁਰਾਣੇ ਦੌਰ 'ਚ ਕਹਿ ਸ਼ੁਗਲ ਮੇਲਾ ਹੋਣਾ ਸੀ ਸ਼ੁਗਲ ਇੱਦਾਂ ਅਲਾਂ ਇਸਲਾ ਕਿਰੀਆਂ ਹੀ ਨਾ ਸੀ ਬੜੀ ਸਰੂਰ ਮਹਿਫਲ ਲੱਗੀ ਜਾਣੀ ਹੋਈ ਸੀ ਮੈਂ ਸਾਰੇ ਗ੍ਰਹਿਣ ਇਕੱਠੇ ਹੋ ਗਏ ਹੋਣੇ ਸਨ ਮਾੜਾ ਇੱਕ ਮਾਸ ਸਾਥੀ ਗੁਲਬਾਰ ਨਾਂ ਸੀ ਬੜਾ ਠੀਕ ਅਜਾ ਕੋਈ ਬੈਸਿਪ ਜਾਣਿਆ ਕੋਣੀ ਹੁਣ ਕੋਣ ਠੀਕ ਹੈ ਹੁਣ ਪਤਾ ਪਤਾ ਨਹੀਂ ਉਹ ਸੀ ਹੁਣ ਇਹ ਬਹੁ ਹੈ ਕਿ ਪੁਰਾਣਾ ਦੌਰ ਚੰਗਾ ਹੋਣਾ ਸੀ ਜਾਂ ਹੁਣ ਬੜਾ ਇਮਾਨ ਹੈ ਲੋਕ ਹੁਣ ਇਮਾਨ ਕੋਣ ਇੱਥੇ ਅੱਛੀ ਤਾਂ ਪਗਲ ਚਾਗੀ ਤਾਂ ਇੱਥੇ ਸਾਰਾ ਕੁਝ ਪੁਰਾਣਾ ਸਿਸਟਮ ਹੈ ਦੇਸੀ ਮਾਹੌਲ ਹੀ ਹੈ ਸਾਰਾ ਅਜਾ ਹਾਂ ਅਜਾ ਹਾਂ ਸਿੱਧਾ ਹੀ ਕੰਮ ਹੈ ਕੋਠੀ ਕੋਠੀਆਂ ਦਾ ਕੁਝ ਅੱਪਰ ਜਿਹੜੀਆਂ ਕੋਈ ਸਾਨੂੰ ਨਵੇਂ ਮਨਾਇਆ ਉਹਨਾਂ ਚ ਆਈਏ ਬਾਕੀ ਸਾਦਾ ਦੌਰ ਇਹ ਜੇ ਘਰ ਹੈ ਇਹ ਕੋਈ ਡੈਮ ਦੇ ਅੰਦਰ ਹੀ ਹੈ ਡੈਮ ਇਹ ਵੀ ਡੈਮ ਕੀਤਾ ਬਾਕੀ ਕੋਈ ਪਗਲ ਚੱਕ ਨਹੀਂ ਕੋਈ ਟੋਕਾਂ ਸ਼ੋਕਾਂ ਜਾਂ ਮੈਂ ਨਹੀਂ ਕਹੀ ਹੈ ਛਪਰਾਂ 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 'ਚ ਬੈਠਾ ਹੋਣਾ ਸੀ ਪਗਲ ਚੱਕਣੇ ਅੰਦਰ ਛਾਉਣਾ ਸੀ ਬਾਕੀ ਚਾਚੇ ਪਾਲ ਕੋਈ ਅਸੀਂ ਮਸਜਿਦਾਂ ਤਾਂ ਕੁਝ ਇੱਧਰ ਕਬਰਸਤਾਨ ਤਾਂ ਕੁਝ ਹੋਰ ਪਿੱਛੇ ਅਚਾਨ ਨਜ਼ਰ ਇਹ ਕੋਈ ਇਸਨੇ ਪਗਲ ਚੱਕਣੇ ਅੰਦਰ ਹੀ ਸੀ ਦੁਆ ਬਾਜੀ ਜੇ ਤਕਰੀਬਨ ਬੱਚੇ ਪਹਿਲੇ ਬੜਾ ਗੱਠੇ ਹੋਏ ਥਾਂ ਮਾਰੀ ਛੋਨੇ ਠੀਕ ਹੈ ਬੜਾ ਰੌਲਾ ਪਿਆ ਜਦੋਂ ਪਛਾਣ ਹੋਏ ਤਾਂ ਪਾਗਲ ਜੀ ਮਾੜੇ ਦੋਸਤੋ ਅਸਾਂ ਚੱਕ ਕੀਤਾ ਜੀ ਪਗਲ ਚੱਕ ਮੈਂ ਜਿਹੜਾ ਗਾਉਂ ਸੀ ਉਹ ਅਸਾਂ ਚੱਕ ਕੀਤਾ ਇਸਨੇ ਗਲੀਆਂ ਵਿੱਚੋਂ ਅਸਾਂ ਹੋਈ ਤਾਂ ਗੁਜ਼ਰੇ ਹਾਂ ਜੀ ਤਾਂ ਬੜੀਆਂ ਹੀ ਕਲੋਜ਼ ਗਲੀਆਂ ਸਨ ਤੋਂ ਅਸੀਂ ਚੱਕ ਕੀਤਾ ਜੀ ਘਰ ਜਿਹੜੇ ਆਏ ਨਾ ਉਹ ਜ਼ਿਆਦਾ ਸਾਦੇ ਘਰ ਹੀ ਸੀ ਜਿਸ ਕੋਠੀਆਂ ਛੋਟੀਆਂ ਸੀ ਜਿਹੜੀਆਂ ਘੱਟ ਹੀ ਨਜ਼ਰ ਸਨ ਕਿਉਂਕਿ ਜ਼ਹਿਰ ਇਹ ਜਿਹਾ ਇਲਾਕਾ ਜਿਹੜਾ ਨਾ ਇਹ ਮੰਗਲਾ ਡੈਮ ਨੇ ਅੰਦਰ ਅੱਛਾ ਕਿ ਮੰਗਲਾ ਡੈਮ ਨੇ ਕਲੋਜ਼ ਕਲੋਜ਼ ਹੈ ਏਰੀਆ ਜਿਹੜੀ ਅਸਾਂ ਜਗ੍ਹਾ ਖਲਤੇ ਹਾਂ ਜੀ ਇੱਥੇ ਅੱਛਾ ਮੰਗਲਾ ਡੈਮ ਨਾਲ ਪਾਣੀ ਇਸ ਤੋਂ ਥੋੜ੍ਹੇ ਜਿਹਾ ਉੱਪਰ ਚਲੇ ਜਾਓ ਦੋ ਬਾੜੀਆਂ ਜਿਹੜਾ ਉੱਥੇ ਤੱਕ ਪਾਣੀ ਛੱਡ ਬਾਕੀ ਸਾਨੂੰ ਬੈਕ ਸਾਈਡ ਤੋਂ ਕੁਛ ਸੰਗੀ ਹਰ ਤਰਫ ਵੈਰਾਨਾ ਵੈਰਾਨਾ ਨਜ਼ਰ ਚੜ੍ਹਾਉਂ ਸੀ ਕੋਈ ਘਰ ਨਹੀਂ ਕੋਈ ਕੁਝ ਵੀ ਨਾ ਨਜ਼ਰ ਸਹੀ ਸੀ ਹਰ ਤਰਫ ਸਹੀ ਖੁਸ਼ਕੀ ਨਜ਼ਰ ਚ ਨਹੀਂ ਹੋਸੀ ਜੀ ਅਗਰ ਇੱਥੇ ਸਾਂ ਇੱਧਰ ਫਿਰੋ ਜੀ ਸੰਗੀ ਨਜ਼ਰ ਆਈ ਰਿਹਾ ਹੋਸੀ ਜੀ ਕਬਰਸਤਾਨ ਇਸ ਕਬਰਸਤਾਨ ਪਰ ਅਸਾਂ ਤਕਰੀਬਨ 2 ਸਾਲ ਪਹਿਲੋਂ ਵੀਡੀਓ ਬਣਾਈ ਸੀ ਜੀ ਤਾਂ ਉਹ ਵੀਡੀਓ ਵਾਇਰਲ ਹੋਈ ਸੀ ਉਸ ਵੇਲੇ ਜ਼ਹਿਰ ਪਾਣੀ ਚੜਿਆ ਹੋਸੀ ਹੈ ਤਾਂ ਉੱਥੋਂ ਵੀਡੀਓ ਮਾੜੀ ਵਾਇਰਲ ਹੋਈ ਸੀ ਤਾਂ ਚੈਨਲ ਜਿਹੜਾ ਮੋਨੇਟਾਈਜ਼ ਹੋਇਆ ਸੀ ਅੱਜ ਫਿਰ ਉਸ ਕਬਰਸਤਾਨ ਪਰ ਮੁੜੇ ਹਾਂ ਜੀ 2 ਸਾਲਾਂ ਬਾਅਦ ਇਸ ਕਬਰਸਤਾਨ ਪਰ ਕੁਝ ਟਾਈਮ ਬਾਅਦ ਅਫਸੋਸਨਾਕ ਵਾਕਿਆ ਵੀ ਪੇਸ਼ ਆਇਆ ਸੀ ਕਿਸੇ ਬੰਦੇ ਇੱਥੇ ਜਿਹੜੇ ਨਾ ਪੜੀਆਂ ਜਿਹੜੀਆਂ ਲਈਆਂ ਸਨ ਨਵੇਂ ਵਾਲੀਆਂ ਉਹ ਵੀ ਤਰੋੜੀ ਹੋਈਆਂ ਸਨ ਹੁਣ ਕਿ ਤੱਕੀਆਂ ਇੱਥੇ ਪੜੀਆਂ ਮਾਸ਼ਾਅੱਲਾ ਕਿਸੇ ਬੰਦੇ ਜਿਹੜੀਆਂ ਨਵੀਆਂ ਲਵਾਈਆਂ ਤਾਂ ਬਾਕੀ ਹੁਣ ਸੰਗੀ ਜੋਲੇ ਹਾਂ ਜੀ ਕਬਰਸਤਾਨ ਦੇ ਅੰਦਰ ਤਾਂ ਕਬਰਸਤਾਨ ਵਿਜ਼ਿਟ ਸੰਗੀ ਚੈੱਕ ਕਰਾਉਣੇ ਕਿ ਉਸ ਵੇਲੇ ਕਬਰਸਤਾਨੀ ਹਾਲਤ ਕੈਸੀ ਹੈ ਤਾਂ ਹੁਣ ਕਿਆ
ਜੀ ਮਾਰੇ ਦੋਸਤੋ ਸੌ ਉਸ ਕਬਰਸਤਾਨ 'ਚ ਮੌਜੂਦ ਹਾਂ ਜਿਸਨੇ ਸੌ ਬਾਈ ਰਿਹਾ ਸੀ ਕਿ ਇਸ ਕਬਰਸਤਾਨੀ ਕਿਸੇ ਬੰਦੇ ਜਿਹੜਾ ਨੇ ਪੜੀਆਂ ਤੋੜੀਆਂ ਸਨ ਤਾਂ ਇਸ ਲਈ ਸੌ ਅਗਰ ਤੱਕ ਤਾਂ ਹਰ ਕਬਰ ਪਰ ਨਹੀਂ ਪੜੀ ਲੱਗੀ ਹੋਈ ਆ ਜੀ ਨੀਚੇ ਦੱਸੋ ਜੀ ਅਗਰ ਕੋਈ ਪੜੀਆਂ ਜਿਹੜੀਆਂ ਪਹਿਲਾਂ ਲਈਆਂ ਸਨ ਉਸ ਦੀਆਂ ਪਹਿਲਾਂ ਖੱਲੀਆਂ ਲਈਆਂ ਸਨ ਇਸ ਤਰ੍ਹਾਂ ਹੁਣ ਕਿਸੇ ਲਈਆਂ ਜਿਹੜੀਆਂ ਉਹ ਨੀਚੇ ਅਸੀਂ ਸੇਫਟੀ ਦਿੱਤੀਆਂ ਨੇ ਤਾਂ ਹੁਣ ਜਿਹੜਾ ਨਾ ਉੱਪਰ ਇਸੇ ਜਿਹੜੀਆਂ ਪੜੀ ਰੱਖੀਆਂ ਅਗਰ ਕੋਈ ਬੰਦਾ ਸੀ ਕਿ ਬੱਟੇ ਨਾਲ ਵੀ ਭੰਨਾ ਚਾਹ ਤਾਂ ਵੀ ਨਾ ਇਹ ਭੱਜਿਆ ਬਾਕੀ ਇੱਥੇ ਅੱਗੇ ਆ ਜਾਓ ਜੀ ਤਾਂ ਇਹ ਜੀ ਦੱਸੋ ਜੀ ਇਹ ਤਾਂ ਪਈ ਵੀ ਆ ਪੁਰਾਣੀ ਪੜੀ ਵੀ ਨਾਲ ਅਤੇ ਨਵੀਂ ਪੜੀ ਵੀ ਨਾਲ ਇਹ ਤੋਂ ਕੋਈ ਇਸ ਨਾਲ ਲਟਾਈ ਹੈ ਇਹ ਵੀ ਪੜੀ ਜਿਹੜੀ ਪਹਿਲੇ ਲੱਗੀ ਸੀ ਇਹ ਖਲੀ ਲੱਗੀ ਸੀ ਬਾਕੀ ਸਾਧਨ ਹੋਰ ਕਬਰਾਂ ਵੀ ਸਾਨੂੰ ਜਾਣਾ ਤਾਂ ਪੜੀਆਂ ਸਾਰੀਆਂ ਜਿਹੜੀਆਂ ਨਾ ਉਹ ਕਿਸੇ ਬੰਦੇ ਭੰਨਤੀਆਂ ਸਨ ਹੁਣ ਜਿਹੜੀਆਂ ਪੜੀਆਂ ਲਈਆਂ ਗਈਆਂ ਨਾ ਸਾਰੀਆਂ ਕਿ ਇਸੇ ਤਰ੍ਹਾਂ ਸ਼ੇਪ ਹੀ ਲਈਆਂ ਗਈਆਂ ਤਾਂ ਕਿਉਂਕਿ ਅਗਰ ਬੰਦਾ ਭੰਨਾ ਵਿੱਚ ਹੈ ਤਾਂ ਨਾ ਭੰਨੀ ਸਕਦਾ ਬਾਕੀ ਅਸਾਂ ਦੁਆ ਕਰਨੇ ਕਿ ਇਸ ਕਬਰਸਤਾਨ ਜਿਹੜੇ ਵੀ ਮਦਫੂਨ ਅੱਲਾਹ ਤਾਲਾ ਉਹਨਾਂ ਨੇ ਮਗਫਰਤ ਫਰਮਾਇਆ ਔਰ ਉਹਨਾਂ ਅਗਲਾ ਜਾਨ ਚੰਗਾ ਕਰਿਆ ਔਰ ਰੋਜ਼ ਕਿਆਮਤ ਅਜ਼ੂ ਸਾਹਿਬ ਸਲਮ ਸ਼ਫਾਤ ਔਰ ਨਸੀਬ ਫਰਮਾਇਆ ਬਾਕੀ ਜਿਸ ਬੰਦੇ ਪੜੀਆਂ ਤੋੜੀਆਂ ਅਸਾਂ ਦੁਆ ਕਰਨੇ ਅੱਲਾਹ ਤਾਲਾ ਉਸ ਕੀ ਅਦਾਇਤ ਦਾ ਇਸ ਵੇਲੇ ਅਸਾਂ ਜਿਹੜੇ ਮੌਜੂਦ ਹਾਂ ਜੀ ਉਹ ਬਿਲਕੁਲ ਹੀ ਮੰਗਲਾ ਡੈਮ ਨੇ ਏਰੀਆ ਹੀ ਮੌਜੂਦ ਹਾਂ ਦਾਇਕ ਸਾਹਿਬ ਅਸਾਂ ਕੀ ਨਜ਼ਰ ਆਈ ਰਿਹਾ ਸੀ ਜੀ ਇੱਕ ਬਿਲਕੁਲ ਹੀ ਡੈਮੇਜ ਮਕਾਨ ਇਹ ਬਿਲਕੁਲ ਪਟਿਆ ਹੋਇਆ ਨੇ ਮਕਾਨ ਜ਼ਹਿਰ ਜਿਸ ਲੋਕਾਂ ਮੰਗਲਾ ਡੈਮ ਨੇ ਅੰਦਰ ਮਕਾਨ ਆਏ ਲੋਕਾਂ ਆਪਣਾ ਜਿਹੜਾ ਇੱਥੋਂ ਆਇਆ ਸੀ ਸਮਾਨ ਸਮਾਨ ਇੱਟਾਂ ਛਿੱਟਾਂ ਜਿਹੜੀਆਂ ਆਏ ਸਨ ਉਹ ਪੱਟੀ ਤਾਂ ਉੱਥੇ ਕਿੰਨੀ ਹੈ ਜ਼ਹਿਰ ਜਿਹੜਾ ਇੱਟਾਂ ਜਿਹੜੀਆਂ ਹੋਣੀਆਂ ਨਾ ਉਹ ਦੁਬਾਰਾ ਬੰਦਾ ਇਸਤੇਮਾਲ ਕਰੀ ਸਕਣਾ ਹੈ ਜੀ ਬਾਕੀ ਸੰਗੀ ਪਹਿਲੀ ਬਹਿਸ ਸੀ ਕਿ ਜਿਹੜਾ ਪਗਲ ਚੱਕ ਨਾਲ ਇਲਾਕਾ ਹੈ ਉਹ ਕਾਫੀ ਜਿਹੜਾ ਆਇਆ ਨਾ ਮੰਗਲਾ ਡੈਮ ਨੇ ਅੰਦਰ ਹੀ ਆਇਆ ਸੀ ਇਹ ਇੱਕ ਕੋਠੀ ਨੁਮਾ ਮਹਿਲ ਸੀ ਜੀ ਜ਼ਹਿਰ ਉਸ ਵੇਲੇ ਜਿਹੜਾ ਲੋਕਾਂ ਜਿਹੜਾ ਬਣਾਇਆ ਸੀ ਜਾਂ ਕਿਸੇ ਬੰਦੇ ਬਣਾਇਆ ਸੀ ਉਹ ਇਸ ਸਿਮਟਾਂ ਬਣਾਇਆ ਸੀ ਸਿਮਟਾਂ ਚੀਜ਼ ਬਣਤੀ ਆ ਉਸ ਨਾਲ ਜਿਹੜੀਆਂ ਇੱਟਾਂ ਜਿਹੜੀਆਂ ਹੋਣੀਆਂ ਉਹ ਕਾਫੀ ਜ਼ਾਇਆ ਹੋਣੀਆਂ ਆ ਬਾਕੀ ਸਾਹ ਤੱਕ ਹੀ ਸਕਦਾ ਜੀ ਇੱਟਾਂ ਕਿਤੀਆਂ ਜ਼ਾਇਆ ਹੋਈਆਂ ਬਾਕੀ ਜਿਹੜੀਆਂ ਇੱਥੇ ਸਾਹ ਤੱਕ ਹੋਇਆ ਤਾਂ ਸਾਫੀਆਂ ਇੱਟਾਂ ਵੀ ਹੈਗੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਟੋਟੇ ਜ਼ਿਆਦਾ ਸਹੀ ਨਜ਼ਰ ਆਈ ਰਹੇ ਸਨ ਤਾਂ ਬਾਕੀ ਸੰਗੀ ਅੰਦਰ ਜੋਲਾ ਅਗਰ ਇੱਥੇ ਸਾਹ ਤੱਕ ਹੋ ਜੀ ਬੁਨਿਆਦਾਂ ਤਾਂ ਬੁਨਿਆਦਾਂ ਅੱਜਾ ਵੀ ਸੰਗੀ ਨਜ਼ਰ ਆਈ ਰਹੀਆਂ ਸਨ ਕਿਉਂਕਿ ਅੱਗੇ ਜ਼ਹਿਰ ਜੇ ਬੁਨਿਆਦਾਂ ਜਿਹੜੀਆਂ ਹੋਣੀਆਂ ਆ ਲੋਕ ਉਸੀ ਕੰਕਰੀਟ ਭੰਨੇ ਤਾਂ ਕੰਕਰੀਟ ਜਿਹੜੀਆਂ ਨਾ ਉਹ ਪੱਟਣ ਨਹੀਂ ਹੋਣੀ ਆ ਤਾਂ ਕੰਕਰੀਟ ਵਿੱਚ ਆਉਣਾ ਆ ਸਰੀਆ ਤਾਂ ਸਰੀਆ ਵੀ ਸੰਗੀ ਨਜ਼ਰ ਆਈ ਰਿਹਾ ਸੀ ਕਿ ਇੱਥੇ ਲੋਕਾਂ ਜਿਹੜਾ ਨਾ ਸਰੀਆ ਵੀ ਛੋੜੀ ਗਏ ਜ਼ਹਿਰ ਉਹਨੇ ਸਰੀਆ ਜਿਹੜਾ ਤਾਂ ਕੰਕਰੀਟ ਇਤਨਾ ਮੁਸ਼ਕਲ ਕੰਮ ਆਇਆ ਸੀ ਤਰੋੜਨਾ ਤਾਂ ਇਹ ਹੋ ਹੀ ਨਹੀਂ ਸਕਦਾ ਇਸ ਬਿਹਤਰ ਬੰਦਾ ਸਰੀਆ ਨਵਾਂ ਹੀ ਚੀਜ਼ਾਂ ਤਾਂ ਬਾਕੀ ਅੰਦਰ ਆਈ ਜਾਓ ਜੀ ਤਾਂ ਤਾਂ ਇੱਥੇ ਉਸ ਵੇਲੇ ਬੰਦੇ ਜਿਹੜਾ ਹੋਇਆ ਨਾ ਜਾਂ ਕੰਮ ਕਰਾਇਆ ਸੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਉਸ ਰਿਹਾ ਸੀ ਤੱਕੋ ਆ ਜੀ ਸਾਡੀ ਨਜ਼ਰ ਆਈ ਰਿਹਾ ਸੀ ਜੀ ਚਿਪਸ ਆਸਾਂ ਤੱਕੋ ਆ ਜੀ ਚਿਪਸ ਇਹ ਮੰਗਲਾ ਡੈਮ ਨੇ ਅੰਦਰ ਵੀ ਰਹਿਣਾ ਆ ਮਕਾਨ ਅਗਰ ਇਸ ਚਿਪਸ ਕੋਈ ਤਾਂ ਅੱਜ ਵੀ ਸਾਂਝਾ ਰੰਗ ਹੈ ਨਾ ਉਸੇ ਤਰ੍ਹਾਂ ਕਾਇਮ ਦਹਿਨ ਹੈ ਜ਼ਹਿਰ ਪੁਰਾਣੇ ਜ਼ਮਾਨੇ ਜਿਹੜੇ ਕੰਮ ਆਉਣੇ ਸਨ ਸਾਨੂੰ ਨਹੀਂ ਪਤਾ ਹੀ ਉਹਨਾਂ ਨੇ ਨਫਾਸਤ ਕਹਿ ਹੋਣੀ ਸੀ ਬਾਕੀ ਇੱਥੇ ਅੱਗੇ ਆਏ ਜਾਓ ਤਾਂ ਅੱਗੇ ਤਾਂ ਤੁਸੀਂ ਪਤਾ ਹੀ ਆ ਜ਼ਹਿਰ ਬੰਦਾ ਜਿੱਥੇ ਰਹਿਣਾ ਆ ਉੱਥੇ ਕਿ ਬੈਤੁਲ ਖਲਾ ਜਿਹਨੇ ਕਿ ਆਉਣੇ ਹੋਣੇ ਟੋਲਟਾਂ ਦੀ ਜ਼ਰੂਰਤ ਹੋਣੀ ਤਾਂ ਪਹਾੜ ਸੰਗੀ ਨਜ਼ਰ ਆਈ ਰਹੇ ਸਨ ਜੀ ਇਹ ਜਿਹੀਆਂ ਚੀਜ਼ਾਂ ਹੈ ਸਨ ਇਹ ਸਨ ਟੋਲਟਾਂ ਤਕਰੀਬਨ ਇੱਥੇ ਦੋ ਟੋਲਟਾਂ ਸਨ ਜ਼ਰਾ ਟੋਇਲਟ ਵੀ ਹੋਈ ਸੀ ਆ ਤਾਂ ਉਸ ਤੋਂ ਬਾਅਦ ਬਾਥ ਵੀ ਹੋਈ ਸੀ ਉਹਨਾਂ ਦੱਸਾਂ ਕਿ ਜੁਲਨੇ ਆ ਜੀ ਅਗਰ ਪਗਲ ਚੱਕ ਨਾਲ ਕੋਈ ਇਲਾਕਾ ਕੋਈ ਗਲੀ ਰਹਿ ਗਈ ਆ ਉਹ ਅਸੀਂ ਚੱਕ ਕਰਾਉਣੇ ਆ ਤਾਂ ਬਾਕੀ ਮਿਲਣੇ ਆ ਉਸ ਤੋਂ ਬਾਅਦ ਦੋਸਤੋ ਇਸ ਵੇਲੇ ਅਸਾਂ ਮੌਜੂਦ ਹਾਂ ਜੀ ਪਗਲ ਚੱਕ ਨੇ ਇਲਾਕੇ ਜੀ ਮੌਜੂਦ ਹਾਂ ਤਾਂ ਬੈਕ ਸਾਈਡ ਸੰਗੀ ਨਜ਼ਰ ਅੱਛੀ ਹੋਈ ਹੈ ਜੀ ਕਿ ਦਰਬਾਰ ਹੈ ਦਰਬਾਰ ਹੁਣ ਪਤਾ ਨਹੀਂ ਹੈ ਕਿ ਕੁਛ ਨਹੀਂ ਹੈ ਜ਼ਹਿਰ ਜਿਹੜੇ ਇੱਥੇ ਮੁਕਾਮੀ ਰਹਿਣੇ ਉਹ ਹੈ ਬਹਿ ਸਕਣੇ ਕਿ ਇਹ ਦਰਬਾਰ ਕੁਛ ਨਹੀਂ ਅਸਾਂ ਦਰਬਾਰ ਦੇ ਅੰਦਰ ਨਾ ਜੇ ਸਕਣੇ ਕਿ ਹਨੇਰਾ ਪਈ ਗਿਆ ਜ਼ਹਿਰ ਫਿਰ ਉਸ ਤਰ੍ਹਾਂ ਮਾਹੌਲ ਨਹੀਂ ਬਣਨਾ ਤਾਂ ਬਾਕੀ ਜਾ ਕਬਰਸਤਾਨ ਹੈ ਨਾ ਇਸ ਨੇ ਇਰਦ ਗਿਰਦ ਤਾਂ ਇਹ ਬਹੁਤ ਹੀ ਪੁਰਾਣਾ ਕਬਰਸਤਾਨ ਹੈ ਹੁਣ ਮਾੜੇ ਹਾਲੇ ਨਵਾਂ ਕੋਈ ਕਬਰਸਤਾਨ ਸ਼ਿਫਟ ਹੋ ਗਿਆ ਗਿਆ ਪਿੱਛੇ ਉੱਥੇ ਹੀ ਹੋ ਸੀ ਇੱਥੇ ਸਮਝ ਨਹੀਂ ਕਬਰਾਂ ਤੱਕ ਸਾਰੀਆਂ ਪੁਰਾਣੀਆਂ ਤਾਂ ਇਸੇ ਕਬਰਸਤਾਨ ਜਿਤਨੇ ਮਫੂਨ ਅੱਲਾਹ ਤਾਲਾ ਉਹਨਾਂ ਨੇ ਮਫਰਤ ਫਰਮਾਇਆ ਔਰ ਅਗਲਾ ਜਾਣਨਾ ਚੰਗਾ ਕਰਿਆ ਔਰ ਦੂਸਰਾ ਇਸ ਨਹੀਂ ਉਹਨਾਂ ਦੀ ਸ਼ਫਾਤ ਨਸੀਬ ਫਰਮਾਇਆ ਤਾਂ ਬਾਕੀ ਸਾਨੂੰ ਕਿ ਸਾਰੀ ਇਜਾਜ਼ਤ ਇਸ ਦੁਆਰਾ ਕਿ ਸਾਡੀ ਖਿਦਮਤ ਇਸ ਤਰ੍ਹਾਂ ਨਹੀਂ ਨਹੀਂ ਵੀਡੀਓ ਕਿੰਨਾ ਹਾਜ਼ਰ ਹੋਣੇ ਤਦ ਤੱਕ ਦਿਓ ਇਜਾਜ਼ਤ ਫੀ ਮਾਨ ਅੱਲਾਹ।